ਇੰਡੀਅਨ ਟਾਈਮਜ਼ ਜਿਹੜੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪੰਜਾਬ ਦੇ 10 ਮੁੱਖ ਖਬਰਾਂ ਹਨ। ਦਿੱਲੀ ਅਤੇ ਚੰਡੀਗੜ੍ਹ ਦੇ ਰੂਟ ਦੇ ਸਪੀਡ ਲਿਮਿਟ ਨੂੰ ਵਧਾ ਕੇ 200 ਕਿਲੋਮੀਟਰ ਪਰ ਆਰ ਕਰਨਾ ਤਾਂ ਕਿ ਇੱਕ ਪੈਸੇਂਜਰ 2 ਘੰਟੇ ਦੇ ਅੰਦਰ ਇਹ ਦੂਰੀ ਪਾਰ ਕਰਨ ਦੇ ਲਈ $1.7 ਬਿਲੀਅਨ ਦਾ ਖਰਚਾ ਹੋਵੇਗਾ। ਫਾਈਨਲ ਰਿਪੋਰਟ ਦਾ ਡਰਾਫਟ SNCF ਫ੍ਰੈਂਚ ਰੇਲਵੇ ਨੇ ਦਿੱਤਾ ਹੈ। ਪ੍ਰੈਜ਼ੀਡੈਂਟ ਰਾਮਨਾਥ ਕੋਵਿੰਦ ਨੇ ਹਰਿਆਣਵੀ ਔਰਤਾਂ ਨੂੰ ਦੇਸ਼ ਵਿੱਚ ਵਿਮੈਨ ਇੰਪਾਵਰਮੈਂਟ ਲਿਆਉਣ ਦੇ ਲਈ ਸੱਚੇ ਅੰਬੈਸਡਰ ਬਣਨ ਦੇ ਲਈ ਉਹਨਾਂ ਦੀ ਪ੍ਰਸ਼ੰਸਾ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਖਰਾਬ ਜੈਂਡਰ ਰੇਸ਼ੀਓ ਹਰਿਆਣਾ ਉੱਤੇ ਇੱਕ ਧੱਬਾ ਸੀ, ਪਰ ਬੇਟੀ ਬਚਾਓ ਬੇਟੀ ਪੜ੍ਹਾਓ ਪ੍ਰੋਗਰਾਮ ਦੇ ਅੰਦਰ ਰਾਜ ਨਿਸ਼ਚਿਤ ਮੁਕਾਮ ਹਾਸਲ ਕਰਨ ਵਿੱਚ ਕਾਮਯਾਬ ਹੋਇਆ ਹੈ। ਹਰਿਆਣਾ ਦੇ BJP ਲੀਡਰ ਸੂਰਜਪਾਲ ਨੇ ਵੈਸਟ ਬੰਗਾਲ ਦੀ CM ਮਮਤਾ ਬੈਨਰਜੀ ਨੂੰ ਧਮਕੀ ਦਿੱਤੀ ਹੈ ਕਿ ਜਿਵੇਂ ਰਾਮਾਇਣਾ ਵਿੱਚ ਲਕਸ਼ਮਣ ਨੇ ਸੁਰਪਨਾਖਾ ਦਾ ਨੱਕਾ ਦਿੱਤਾ ਸੀ, ਉਹਨਾਂ ਦੇ ਨਾਲ ਵੀ ਉਹ ਹੀ ਹੋਣ ਵਾਲਾ ਹੈ। ਇੱਕ ਦਿਨ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਸੰਜੇ ਲੀਲਾ ਭੰਸਾਲੀ ਦੀ ਵਿਵਾਦਸਪਦ ਫਿਲਮ ਪਦਮਾਵਤੀ ਅਤੇ ਉਸਦੇ ਕਰੂ ਦਾ ਉਹ ਉਹਨਾਂ ਦੇ ਰਾਜ ਵਿੱਚ ਸਵਾਗਤ ਕਰਨ ਦੇ ਲਈ ਤਿਆਰ ਹਨ। ਰਿਟਾਇਰਡ IAS ਆਫਿਸਰ ਹਿੰਮਤ ਸਿੰਘ, ਜੋ ਕਿ ਪੰਜਾਬ CM ਅਮਰਿੰਦਰ ਸਿੰਘ ਦੇ ਸਾਥੀ ਹਨ, ਉਸਨੂੰ ਕੈਬਨਿਟ ਦੀ ਅਨੁਮਤੀ ਤੋਂ ਰਾਜ ਦਾ ਹਾਰਟੀਕਲਚਰ ਐਡਵਾਈਜ਼ਰ ਨਿਯੁਕਤ ਕੀਤਾ ਗਿਆ ਹੈ। ਇਸਦੇ ਪਹਿਲਾਂ SAD BJP ਰੇਜਿਮ ਵਿੱਚ ਉਹਨਾਂ ਉੱਤੇ 6.41 ਲੱਖ ਰੁਪਏ ਦਾ ਫਾਈਨੈਂਸ਼ੀਅਲ ਇਮਪ੍ਰੋਪਰਟੀ ਕਰਨ ਦਾ ਆਰੋਪ ਲਗਾਇਆ ਗਿਆ ਸੀ, ਜਿਸ ਨੂੰ ਬਾਅਦ ਵਿੱਚ ਸੈਂਟਰਲ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਨੇ ਕਰ ਦਿੱਤਾ। ਐਤਵਾਰ ਨੂੰ ਹਰਿਆਣਾ ਵਿੱਚ ਜੱਟ ਅਤੇ ਸੈਨੀ ਕਮਿਊਨਿਟੀਜ਼ ਦੇ, ਜੋ ਕਿ ਰਿਜ਼ਰਵੇਸ਼ਨ ਦੇ ਮਾਮਲੇ ਵਿੱਚ ਇੱਕ ਦੂਜੇ ਦੇ ਖਿਲਾਫ ਹਨ, ਉਹਨਾਂ ਦੀ ਰੈਲੀ ਸ਼ਾਂਤੀ ਨਾਲ ਨਿਕਲ ਗਈ। ਕਿਸੇ ਵੀ ਤਰ੍ਹਾਂ ਦੇ ਅਪ੍ਰਿਯ ਮਾਮਲੇ ਦੀ ਖਬਰ ਨਹੀਂ ਆਈ ਹੈ। CM ਅਮਰਿੰਦਰ ਸਿੰਘ ਨੇ ਫਾਈਨੈਂਸ ਮਿਨਿਸਟਰ ਅਰੁਣ ਜੇਟਲੀ ਨੂੰ ਖਤ ਲਿਖਿਆ ਹੈ। ਉਹਨਾਂ ਨੇ ਉਸ ਤੋਂ ਮੰਗ ਕੀਤੀ ਹੈ ਕਿ ਕੰਟੇਨਰ ਫੂਡ ਵਿੱਚ ਜੋ 5% GST ਲਗਾਈ ਗਈ ਉਸਨੂੰ ਵਾਪਸ ਲੈ ਲਿੱਤਾ ਜਾਵੇ ਤਾਂ ਕਿ ਉਹ ਫ੍ਰੀ ਡਿਸਟ੍ਰੀਬਿਊਸ਼ਨ ਕਰ ਸਕਣ। ਦਿਆਲ ਸਿੰਘ ਕਾਲਜ ਦੇ ਨਾਮ ਬਦਲਣ ਦੇ ਮਾਮਲੇ ਨੂੰ ਯੂਨੀਅਨ ਮਿਨਿਸਟਰ ਹਰਸਿਮਰਤ ਕੌਰ ਬਾਦਲ ਨੇ ਅਸੰਭਵ ਅਤੇ ਚੁਕਾਉਣੇ ਵਾਲਾ ਕਿਹਾ ਹੈ। ਜੁਲਾਈ ਵਿੱਚ ਇਸ ਇਵਨਿੰਗ ਕਾਲਜ ਨੂੰ ਡੇ ਕਾਲਜ ਵਿੱਚ ਬਦਲ ਦਿੱਤਾ ਗਿਆ ਅਤੇ 17 ਨਵੰਬਰ ਨੂੰ ਇਸਦਾ ਨਾਮ ਬਦਲ ਕੇ ਵੰਦੇ ਮਾਤਰਮ ਮਹਾਂਵਿਦਿਆਲੇ ਕਰ ਦਿੱਤਾ ਗਿਆ। 2013 ਵਿੱਚ ਇੱਕ ਐਸਿਡ ਅਟੈਕ ਨਾਲ ਪੀੜਿਤ ਮਨਦੀਪ ਕੌਰ ਦੇ 18 ਲੱਖ ਦੇ ਮੈਡੀਕਲ ਬਿੱਲਸ ਦਾ ਭਰਪਾਈ ਹਜੇ ਤੱਕ ਨਹੀਂ ਹੋਇਆ ਹੈ। ਮੋਗਾ ਡਿਸਟ੍ਰਿਕਟ ਦੇ ਇਸ ਰਾਹਗੀਰ ਨੂੰ 70% ਬਰਨ ਇੰਜਰੀਜ਼ ਹੋਈ ਸੀ ਅਤੇ ਉਹਨਾਂ ਨੇ ਇਸ ਵਿੱਚ ਆਪਣੀ ਇੱਕ ਅੱਖ ਖੋ ਦਿੱਤੀ ਸੀ। 22 ਸਾਲ ਦੇ ਸਿਪਾਹੀ ਮਨਜਿੰਦਰ ਸਿੰਘ ਦੇ ਪਰਿਵਾਰ ਨੂੰ ਫਾਈਨੈਂਸ ਮਿਨਿਸਟਰ ਮਨਪ੍ਰੀਤ ਸਿੰਘ ਬਾਦਲ ਨੇ 10 ਲੱਖ ਦਾ ਇੱਕ ਐਕਸਗ੍ਰੇਸ਼ੀਆ ਗ੍ਰਾਂਟ ਦਿੱਤਾ ਹੈ। 14 ਨਵੰਬਰ ਨੂੰ ਸਾਊਥ ਕਸ਼ਮੀਰ ਦੇ ਕੁਲਗਾਮ ਡਿਸਟ੍ਰਿਕਟ ਵਿੱਚ ਇੱਕ ਗਨ ਬੈਟਲ ਵਿੱਚ ਉਸਦੀ ਮੌਤ ਹੋ ਗਈ ਸੀ। ਗੁਰੂਗ੍ਰਾਮ ਦੇ ਫੋਰਟਿਸ ਹਾਸਪਿਟਲ ਨੂੰ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਨੇ ਇੱਕ ਆਲੋਚਨਾ ਭੇਜੀ ਹੈ। ਇਹ ਇਸ ਲਈ ਕਿਉਂਕਿ ਉਹਨਾਂ ਉੱਤੇ ਆਰੋਪ ਹੈ ਕਿ ਉਹਨਾਂ ਨੇ 7 ਸਾਲ ਦੀ ਇੱਕ ਬੱਚੀ, ਜਿਸਦੇ ਸਪਟੈਂਬਰ ਵਿੱਚ 2 ਹਫ਼ਤਿਆਂ ਤੱਕ ਹਾਸਪਿਟਲ ਵਿੱਚ ਡੇਂਗੂ ਦੇ ਟ੍ਰੀਟਮੈਂਟ ਦੇ ਬਾਅਦ ਵੀ ਮੌਤ ਹੋ ਗਈ, ਉਸਦੇ ਪਰਿਵਾਰ ਨੂੰ ਓਵਰਚਾਰਜ ਕੀਤਾ ਹੈ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਭਾਰਤ ਅਤੇ ਅਮੈਰੀਕਾ ਦੀ ਮਹੱਤਵਪੂਰਨ ਖ਼ਬਰ ਦੇ ਨਾਲ ਜਲਦੀ ਵਾਪਸ ਆਵਾਂਗੇ।